ਦ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਾਲ ਅੱਜ ਦੀ ਮੁਲਾਕਾਤ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਅਸੀਂ ਇੱਕ ਅਜਿਹੀ ਸੰਸਥਾ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਲੱਗੇ ਹਾਂ ਜਿਹੜੀ ਪੰਜਾਬ ਦੇ ਵਿੱਚ ਪਹਿਲੀ ਅਜਿਹੀ ਸੰਸਥਾ ਆ ਜਿਸ ਦੇ ਨਾਲ ਜੁੜ ਕੇ ਤੁਸੀਂ ਘਰ ਬੈਠੇ ਅਲੱਗ-ਅਲੱਗ ਕੋਰਸਾਂ ਦੀ ਪੜ੍ਹਾਈ ਕਰ ਸਕਦੇ ਹੋ ਤਾਂ ਬਿਲਕੁਲ ਜੀ ਅਸੀਂ ਗੱਲ ਕਰ ਰਹੇ ਹਾਂ ਜਗਤ ਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਬਾਰੇ ਵਿੱਚ ਇਹ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ ਆ ਜਿਹੜੀ ਪਟਿਆਲਾ ਸ਼ਹਿਰ ਦੇ ਵਿੱਚ ਓਪਨ ਕੀਤੀ ਗਈ ਆ ਤੇ ਇਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਤਰਮਿੰਦਰ ਸਿੰਘ ਏ ਸਕੂਲ ਆਫ ਲੈਂਗੁਏਜ ਵਿਭਾਗ ਤੋਂ ਨੇ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਨੂੰ ਜੂਰੀ ਜਾਣਕਾਰੀ ਦੇਣਗੇ ਯੂਨੀਵਰਸਿਟੀ ਦੀ ਕਦੋਂ ਸਥਾਪਨਾ ਹੋਈ ਹੈ ਕਿਹੜੇ ਕਿਹੜੇ ਕੋਰਸ ਯੂਨੀਵਰਸਿਟੀ ਸਾਨੂੰ ਦੇ ਰਹੀ ਹੈ ਤੇ ਇਹਨਾਂ ਦੇ ਫੀਸ ਦਾ ਕੀ ਸਟ੍ਰਕਚਰ ਆ ਜਿਵੇਂ ਸਰਕਾਰੀ ਯੂਨੀਵਰਸਿਟੀ ਹੈ ਤੇ ਬਾਕੀ ਯੂਨੀਵਰਸਟੀਆਂ ਪ੍ਰਾਈਵੇਟ ਯੂਨੀਵਰਸਟੀਆਂ ਤੇ ਬਾਕੀ ਸਰਕਾਰੀ ਯੂਨੀਵਰਸਿਟੀ ਨੇ ਨਾਲੋਂ ਇੱਥੇ ਫੀਸ ਕਿੰਨੀ ਘੱਟ ਹੈ ਤੇ ਕਿਹੜੇ ਕਿਹੜੇ ਕਿਸ ਤਰ੍ਹਾਂ ਕਿਸ ਤਰ੍ਹਾਂ ਸਕੀਮਾਂ ਦਾ ਬੱਚੇ ਲਾਭ ਲੈ ਸਕਦੇ ਨੇ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਸਰ ਜਿਵੇਂ ਤੁਸੀਂ ਆਪਣੇ ਸਕੂਲ ਆਫ ਲੈਂਗੁਏਜ ਡਿਪਾਰਟਮੈਂਟ ਤੋਂ ਪ੍ਰੋਫੈਸਰੋਂ ਜੀ ਤਾਂ ਸਰ ਸਾਨੂੰ ਥੋੜਾ ਜਿਆ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਬੀਸੀ ਜਾਣਕਾਰੀ ਦਿਓ ਸਰ ਕਦੋਂ ਸਥਾਪਿਤ ਕੀਤੀ ਕਿਸ ਉਦੇਸ਼ ਨਾਲ ਸਥਾਪਿਤ ਕੀਤੀ ਗਈ ਸੀ ਜੀ ਜਗਤ ਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪੰਜਾਬ ਸਰਕਾਰ ਦਾ ਆਧਾਰਾ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸ਼ਤਾਬਤੀ ਮਨਾਇ ਸੀ ਉਦੋਂ ਇਹ ਯੂਨੀਵਰਸਿਟੀ ਪੰਜਾਬ ਸਰਕਾਰ ਉਹਨੇ ਓਪਨ ਕੀਤੀ ਸੀ ਇਹ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਹੈ ਜਿਸ ਦੇ ਤਹਿਤ ਬੱਚੇ ਘਰ ਬੈਠਿਆਂ ਪੜ ਸਕਦੇ ਆ ਉਹਨਾਂ ਨੂੰ ਇੱਥੇ ਕਲਾਸਾਂ ਦੇ ਵਿੱਚ ਜਿਵੇਂ ਪ੍ਰੋਫੈਸ਼ਨਲ ਜਾਂ ਬਾਕੀ ਰਵਾਇਤੀ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਕਲਾਸਾਂ ਲਾਉਣੀਆਂ ਪੈਂਦੀਆਂ ਸੀ ਉਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈ ਇਹ ਯੂਨੀਵਰਸਿਟੀ ਹੈ ਜਿਹੜੀ ਇਹ ODL ਮੋਡ ਦੇ ਵਿੱਚ ਪੜਾਉਂਦੀ ਹੈ ਤਾਂ ਬੱਚੇ ਆ ਚਾਹੇ ਉਹ ਆਪਦੀ ਕਿਸੇ ਹੋਰ ਡਿਗਰੀ ਦੇ ਨਾਲ ਨਾਲ ਜਾਂ ਆਪਦੇ ਕੰਮਾਂ ਧੰਦਾ ਦੇ ਨਾਲ ਨਾਲ ਜਾਂ ਜਿਹੜੇ ਵਿਦਿਆਰਥੀ ਹੈਗੇ ਆ ਉਹ ਡਬਲ ਡਿਗਰੀ ਪ੍ਰੋਗਰਾਮ ਦੇ ਤਹਿਤ ਪੜ ਸਕਦੇ ਹੈਗੇ ਤੇ ਇਹ ਯੂਨੀਵਰਸਿਟੀ ਕਿਉਂਕਿ ਗਵਰਨਮੈਂਟ ਦੀ ਯੂਨੀਵਰਸਿਟੀ ਹੈ ਗਵਰਨਮੈਂਟ ਦੀ ਯੂਨੀਵਰਸਿਟੀ ਹੋਣ ਕਰਕੇ ਇਹ ਇਸ ਯੂਨੀਵਰਸਿਟੀ ਦੀਆਂ ਡਿਗਰੀਆਂ ਇਸ ਯੂਨੀਵਰਸਿਟੀ ਦੇ ਸਰਟੀਫਿਕੇਟ ਸਾਰੇ ਥਾਵਾਂ ਤੇ ਵੈਲਿਡ ਹੈਗੇ ਆ ਚਾਹੇ ਬੱਚੇ ਨੌਕਰੀ ਕਰਨ ਚਾਹੇ ਕੋਈ ਆਪ ਦਾ ਪ੍ਰੋਫੈਸ਼ਨ ਚੁਣਨ ਜਾਂ ਬਾਹਰ ਜਾਣ ਤਾਂ ਮਤਲਬ ਸਾਰੇ ਹੀ ਥਾਵਾਂ ਦੇ ਉੱਪਰ ਇਹ ਜਿਹੜੇ ਯੂਨੀਵਰਸਿਟੀ ਹੈ ਇਹਦੇ ਦੁਆਰਾ ਜਾਰੀ ਕੀਤੀਆਂ ਡਿਗਰੀਆਂ ਡਿਪਲੋਮੇ ਸਰਟੀਫਿਕੇਟ ਕੋਰਸ ਆ ਉਹ ਵੈਲਿਡ ਹੈਗੇ ਸਰ ਐਡਮਿਸ਼ਨ ਦਾ ਕੀ ਪ੍ਰੋਸੈਸ ਹੈ ਜੀ ਐਡਮਿਸ਼ਨ ਆਨਲਾਈਨ ਹੋ ਜਾਂਦੀ ਹੈ ਜੀ ਜਾਂ ਇਥੇ ਆਣਾ ਪੈਂਦਾ ਬੱਚੇ ਨੂੰ ਕੀ ਸਿਸਟਮ ਹੈ ਜੀ ਹਾਂਜੀ ਐਡਮਿਸ਼ਨ ਲੈਣ ਦੇ ਲਈ ਬੱਚੇ ਨੂੰ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਸਾਡੀ ਯੂਨੀਵਰਸਿਟੀ ਦੀ ਸਾਈਟ ਹੈ ਉਹ ਮੈਂ ਬੋਲ ਵੀ ਦਿੰਨਾ ਜਿਹੜੀ psou.ac.in ਤੁਸੀਂ ਲਿੰਕ ਕਰੋ ਉਹਦੇ ਤੇ ਜਦੋਂ ਤੁਸੀਂ ਜਾਂਦੇ ਹੋ ਤਾਂ ਸਾਡੀ ਯੂਨੀਵਰਸਿਟੀ ਦੀ ਸਾਈਟ ਖੁੱਲ ਜਾਂਦੀ ਹੈ ਉਹਦੇ ਉੱਪਰ ਜਿਹੜਾ ਐਡਮਿਸ਼ਨ ਦਾ অপਸ਼ਨ ਹੈ ਜਿਹੜੀ ਉਹ ਬਲਿੰਕ ਕਰਦੀ ਹੈ ਉਹਦੇ ਉੱਪਰ ਜਾ ਕੇ ਤੁਸੀਂ ਆਨਲਾਈਨ ਜਿਹੜੀ ਹੈਗੀ ਉਹ ਐਡਮਿਸ਼ਨ ਪ੍ਰੋਸੈਸ ਸਾਰਾ ਜਾਰੀ ਕਰ ਸਕਦੇ ਆ ਇੱਕ ਗੱਲ ਮੈਂ ਹੋਰ ਚਾੜ ਕਰ ਦੇਣੀ ਚਾਹੁੰਨਾ ਕਿ ਬੱਚੇ ਨੇ ਪਹਿਲਾਂ ਹੀ ਜਿਹੜੀਆਂ ਆਪਦੇ 10ਵੇਂ ਦੇ ਸਰਟੀਫਿਕੇਟ ਪਲੱਸ 2 ਦਾ ਸਰਟੀਫਿਕੇਟ ਇੱਕ ਫੋਟੋ ਸਾਈਨ ਤੇ ਆਧਾਰ ਕਾਰਡ ਦੀ ਕਾਪੀ ਇਹ ਪੀਡੀਐਫ ਬਣਾ ਕੇ ਰੱਖ ਲੈਣੀ ਹੈ ਤੇ ਇਹ ਆਨਲਾਈਨ ਹੀ ਹੈ ਜਿਹੜੀ ਉਹ ਐਡਮਿਸ਼ਨ ਉਹ ਦੀ ਸਾਰੇ ਦਾ ਸਾਰਾ ਜਿਹੜਾ ਪ੍ਰੋਸੈਸ ਉਹ ਹੋ ਜਾਣਾ ਫੀਸ ਵੀ ਜਿਹੜੀ ਹੈ ਕੀ ਆ ਉਹ ਆਨਲਾਈਨ ਹੀ ਭਰ ਜਾਂਦੀ ਸਿਰ ਜਿਵੇਂ ਆਪਾਂ ਬਾਕੀ ਗੱਲ ਕਰੀਏ ਕਿਉਂਕਿ ਬਾਕੀ ਵੀ ਯੂਨੀਵਰਸਿਟੀ ਨੇ ਕਈ ਜਿਹੜੀਆਂ ਇਸ ਤਰ੍ਹਾਂ ਆਨਲਾਈਨ ਕਰਵਾਉਂਦੀਆਂ ਨੇ ਤਾਂ ਕੀ ਫਰਕ ਹੈ ਸਰ ਉਸ ਕੋਰਸ ਦੇ ਵਿੱਚ ਤੇ ਆਪਾਂ ਜਿਹੜੀ ਓਪਨ ਯੂਨੀਵਰਸਿਟੀ ਵਿੱਚ ਕੋਰਸ ਨੇ ਜਿਹੜੀ ਸਾਡੀ ਯੂਨੀਵਰਸਿਟੀ ਹੈ ਇਹ ਓਡੀਅਲ ਮੋਡ ਹੈਗਾ ਮਤਲਬ ਓਪਨ ਲਰਨਿੰਗ ਡਿਸਟੈਂਸ ਐਜੂਕੇਸ਼ਨ ਜਿਹੜੀ ਹੈਗੀ ਇਹਦੇ ਵਿੱਚ ਇਹ ਹੈ ਕਿ ਆਵ ਵਾਲੇ ਵਿਅਕਤੀ ਹੈਗੇ ਆ ਜਾਂ ਜਿਹੜੇ ਕਮਾ ਧੰਦਾ ਵਾਲੇ ਆ ਉਹਨਾਂ ਕੋਲ ਐਨਾ ਸਮਾਂ ਨਹੀਂ ਹੁੰਦਾ ਤਾਂ ਅਸੀਂ ਜਿਹੜੀ ਇਹ ਸਾਡੀ ਯੂਨੀਵਰਸਿਟੀ ਹੈ ਇਹ ਜਿਹੜਾ ਇੱਥੋਂ ਦਾ ਜਿਹੜਾ ਪ੍ਰੋਗਰਾਮ ਉਸੇ ਤਰ੍ਹਾਂ ਦਾ ਸਾਡੇ ਵਾਈਸ ਚਾਂਸਲਰ ਸਾਹਿਬ ਡਾਕਟਰ ਕਰਮਜੀਤ ਸਿੰਘ ਹੋਰਾਂ ਨੇ ਸੈਟਅਪ ਤਿਆਰ ਕੀਤਾ ਹੋਇਆ ਘਰ ਬੈਠੇ ਹੀ ਜਿਹੜਾ ਉਹ ਆਨਲਾਈਨ ਅਸੀਂ ਮਟੀਰੀਅਲ ਭੇਜਦੇ ਆ WhatsApp ਗਰੁੱਪਾਂ ਦੇ ਉਹਨਾਂ ਦੇ ਵਿੱਚ ਅਸੀਂ ਮਟੀਰੀਅਲ ਭੇਜਦੇ ਆ ਔਰ ਇਸ ਤੋਂ ਇਲਾਵਾ ਆਡੀਓ ਵੀਡੀਓ ਫਾਰਮ ਦੇ ਵਿੱਚ ਜਿਹੜਾ ਹੈਗਾ ਉਹ ਮਟੀਰੀਅਲ ਭੇਜਦੇ ਆ ਤਾਂ ਇਹ ਜਿਹੜਾ ਸਾਰੇ ਦਾ ਸਾਰਾ ਮਟੀਰੀਅਲ ਉਹਨਾਂ ਨੂੰ ਘਰ ਬੈਠੇ ਹੀ ਪਹੁੰਚ ਜਾਂਦਾ ਸਾਡੇ ਕੋਲੇ ਇੱਥੇ ਆ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਲਾਸ ਵਗੈਰਾ ਚ ਲਾਉਣ ਦੀ ਜ਼ਰੂਰਤ ਨਹੀਂ ਰਹਿੰਦੀ ਫਿਰ ਵੀ ਜੇ ਵਿਦਿਆਰਥੀ ਚਾਹਣ ਤਾਂ ਉਹ ਸਾਡੇ ਕੋਲੇ ਆ ਸਕਦੇ ਆ ਯੂਨੀਵਰਸਿਟੀ ਆ ਕੇ ਸਾਡੇ ਤੋਂ ਆਪ ਦੇ ਸਿਲੇਬਸ ਨਾਲ ਰਿਲੇਟਡ ਜੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਹੈਗੀਆਂ ਤਾਂ ਉਹ ਸਾਡੇ ਨਾਲ ਆ ਕੇ ਉਹ ਡਿਸਕਸ ਕਰ ਸਕਦੇ ਹੈ ਜੀ ਸਰ ਪੇਪਰਾਂ ਦਾ ਕੀ ਸਿਸਟਮ ਰਹਿੰਦਾ ਹੈ ਜੀ ਮਤਲਬ ਪੇਪਰਾਂ ਦੇ ਫਿਰ ਪੇਪਰ ਦੇ ਲਈ ਇੱਥੇ ਆਣਾ ਪੈਂਦਾ ਜਾਂ ਕੋਈ ਸੈਂਟਰ ਮਤਲਬ ਉਹਨਾਂ ਦੇ ਏਰੀਆ ਦੇ ਲਾਗੇ ਤਾਂ ਕਿ ਕੋ ਹਾਂਜੀ ਅਸੀਂ ਜਦੋਂ ਵਿਦਿਆਰਥੀ ਦਾਖਲਾ ਲੈਂਦਾ ਦਾਖਲਾ ਲੈਣ ਵੇਲੇ ਹੀ ਵਿਦਿਆਰਥੀ ਤੋਂ ਉਹਦਾ ਐਗਜ਼ਾਮੀਨੇਸ਼ਨ ਸੈਂਟਰ ਜਾਂ ਉਹਦਾ ਜ਼ਿਲ੍ਹਾ ਵੈਜ ਜਿਹੜਾ ਜਿਹੜਾ ਵੀ ਉਹਦੇ ਨੇੜੇ ਪੈਂਦਾ ਉਹ ਤੇ ਭਵਾ ਲਿਆ ਜਾਂਦਾ ਉਸ ਜ਼ਿਲ੍ਹੇ ਦੇ ਵਿੱਚ ਹੀ ਜਿਹੜੇ ਗਵਰਨਮੈਂਟ ਕਾਲਜ ਹੈਗੇ ਸਾਰੇ ਗਵਰਨਮੈਂਟ ਕਾਲਜ ਪੰਜਾਬ ਦੇ ਉੱਥੇ ਸਾਡੇ ਸੈਂਟਰ ਇਸ ਤੋਂ ਇਲਾਵਾ ਜਿਹੜੇ ਏਡਡ ਕਾਲਜ ਆ ਉਹਨਾਂ ਦੇ ਵਿੱਚ ਸਾਡੇ ਐਗਜ਼ਾਮੀਨੇਸ਼ਨ ਸੈਂਟਰ ਬਣਦੇ ਆ ਇਸ ਤੋਂ ਇਲਾਵਾ ਕਈ ਪ੍ਰਾਈਵੇਟ ਕਾਲਜ ਆ ਐਜਬੀਸੀ ਦੇ ਕਾਲਜ ਆ ਉਹਨਾਂ ਨਾਲ ਵੀ ਸਾਡੇ ਜਿਹੜੇ ਸਮਝੌਤੇ ਹੋਏ ਆ ਉਹਨਾਂ ਦੇ ਵਿੱਚ ਵੀ ਸਾਡੇ ਐਗਜ਼ਾਮੀਨੇਸ਼ਨ ਸੈਂਟਰ ਚੱਲਦੇ ਆ ਤਕਰੀਬਨ ਆਲ ਓਵਰ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਸਾਡੇ ਸੈਂਟਰ ਹੈਗੇ ਆ ਗਵਰਨਮੈਂਟ ਕਾਲਜ ਸਾਰੇ ਜਿੰਨੇ ਵੀ ਹੈਗੇ ਆ ਉਸ ਉੱਥੇ ਸਾਰਿਆਂ ਦੇ ਵਿੱਚ ਹੀ ਤਕਰੀਬਨ ਸਾਡੇ ਐਗਜ਼ਾਮੀਨੇਸ਼ਨ ਸੈਂਟਰ ਬਣਦੇ ਆ ਤਾਂ ਵਿਦਿਆਰਥੀਆਂ ਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ ਹੈ ਉਹ ਜਿਵੇਂ ਦੂਸਰੀਆਂ ਰਵਾਇਤੀ ਯੂਨੀਵਰਸਿਟੀਆਂ ਨੇ ਆਵਦੇ ਜਮਿਨਸਾ ਸੈਂਟਰ ਬਣਾਏ ਆ ਜਿਹੜੇ ਵੀ ਅਫੀਲੀਏਟਡ ਕਾਲਜ ਹੈਗੇ ਉਹਨਾਂ ਦੇ ਵਿੱਚ ਸਾਡੇ ਜਿਹੜੇ ਸੈਂਟਰ ਐਗਜ਼ਾਮੀਨੇਸ਼ਨ ਸੈਂਟਰ ਆ ਉਹ ਬਣਦੇ ਆ ਤੇ ਵਿਦਿਆਰਥੀ ਉੱਥੇ ਹੀ ਪੇਪਰ ਦੇ ਸਕਦੇ ਹੈਗੇ ਸਰ ਫੀਸ ਦਾ ਕਿਵੇਂ ਰਹਿੰਦਾ ਜੀ ਸਟ੍ਰਕਚਰ ਜਿਵੇਂ ਤੁਸੀਂ ਦੱਸਿਆ ਕਿ ਆਪਣੀ ਸਟੇਟ ਯੂਨੀਵਰਸਿਟੀ ਅਤੇ ਗਵਰਨਮੈਂਟ ਯੂਨੀਵਰਸਿਟੀ ਹੈ ਜੀ ਤਾਂ ਬਾਕੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮੁਕਾਬਲੇ ਕਿੰਨਾ ਕੁ ਫਰਕ ਹੈ ਫੀਸ ਦਾ ਤੇ ਸਰਕਾਰੀ ਯੂਨੀਵਰਸਿਟੀ ਦੇ ਮੁਕਾਬਲੇ ਵੀ ਕੋਈ ਫਰਕ ਹੈ ਜਾਂ ਉਸ ਤਰ੍ਹਾਂ ਹੀ ਹੈ ਜੀ ਹਾਂ ਜੀ ਸਾਡੀ ਯੂਨੀਵਰਸਿਟੀ ਜਗਤਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੇ ਡਾクター ਕਰਮਜੀਤ ਸਿੰਘ ਹੋਰਾਂ ਨੇ ਇਹ ਪਲਾਨ ਤਿਆਰ ਕੀਤਾ ਹੈਗਾ ਕਿ ਕਿਉਂਕਿ ਜਿਹੜੇ ਵਿਦਿਆਰਥੀ ਸਾਡੇ ਕੋਲ ਬਹੁਤੇ ਉਹ ਪੇਂਡੂ ਪਸ਼ੋਕੜ ਦੇ ਵਿਦਿਆਰਥੀ ਹੈ ਗਰੀਬ ਘਰਾਂ ਦੇ ਵਿਦਿਆਰਥੀ ਹੈ ਤਾਂ ਉਹਨਾਂ ਨੂੰ ਦੇਖਦੇ ਹੋਏ ਜਿਹੜੀਆਂ ਸਾਡੀਆਂ ਫੀਸਾਂ ਉਹ ਬਹੁਤ ਹੀ ਥੋੜੀਆਂ ਰੱਖੀ ਗਈਆਂ ਹਨ ਤਕਰੀਬਨ ਬਾਕੀ ਯੂਨੀਵਰਸਿਟੀ ਦੇ ਮੁਕਾਬਲੇ ਅੱਧ ਤੋਂ ਵੀ ਘੱਟ ਫੀਸਾਂ ਜਿਹੜੀਆਂ ਉਹ ਹੈਗੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮੁਕਾਬਲੇ ਤਾਂ ਅੱਧ ਤੋਂ ਵੀ ਜ਼ਿਆਦਾ ਫਰਕ ਹੈ ਤੇ ਸਾਡੇ ਕੋਲੇ ਜਿਹੜੇ ਮੰਨ ਲਓ ਐਮਏ ਕਿਸੇ ਨੇ ਕਰਨੀ ਤਾਂ ਸਾਡੇ ਕੋਲੇ ਸਿਰਫ 5000 ਰੁਪਏ ਫੀਸ ਹੈ ਤੇ 5000 ਰੁਪਏ ਫੀਸ ਦੇ ਵਿੱਚ 1000 ਰੁਪਏ ਸਿਕਿਉਰਿਟੀ ਹੈ ਤੇ 4000 ਰੁਪਏ ਉਹਦੀ ਫੀਸ ਬਣਦੀ। ਇਸ ਤੋਂ ਇਲਾਵਾ ਅਗਲੇ ਸਮੈਸਟਰ ਦੇ ਵਿੱਚ ਸਿਰਫ 3700 ਰੁਪਏ ਫੀਸ ਹੈ। ਉਹ ਇਵੇਂ ਬੀਏ ਦੀ ਡਿਗਰੀ ਜਾਂ ਜੇਕਰ ਸਾਡੇ ਕੋਲੇ ਕਰਦਾ ਤਾਂ ਉਹਦੇ ਵਿੱਚ ਵੀ ਇੰਨੀ ਕੁ ਫੀਸ ਹੈ। ਤੇ ਸਾਡੇ ਕੋਲੇ ਜਿਹੜੀਆਂ ਕੁਸਕ ਸਕੀਮਾਂ ਵੀ ਉਹ ਰੱਬ ਦੱਸਣਗੇ ਤੁਹਾਨੂੰ ਉਹ ਉਹਨਾਂ ਦੇ ਤਹਿਤ ਅਸੀਂ ਫੀਸ ਮਾਫ ਵੀ ਕਰਦੇ ਹੈਗੇ ਹਾਂ ਤੇ ਫੀਸਾਂ ਜਿਹੜੀਆਂ ਬਾਕੀ ਯੂਨੀਵਰਸਟੀਆਂ ਦੇ ਮੁਕਾਬਲੇ ਸਾਡੀ ਯੂਨੀਵਰਸਿਟੀ ਨੇ ਤਕਰੀਬਨ ਅੱਧ ਤੋਂ ਵੀ ਘੱਟ ਹੈਗੀਆਂ। ਜੀ ਸਰ ਕੋਰਸਸ ਬਾਰੇ ਦੱਸੋਗੇ ਥੋੜਾ ਜਿਹਾ ਕਿਹੜੇ ਕਿਹੜੇ ਕੋਰਸਸ ਤੁਸੀਂ ਕਰਵਾ ਰਹੇ ਹੋ ਜੀ ਇਸ ਯੂਨੀਵਰਸਿਟੀ ਅੰਦਰ ਸਾਡੇ ਯੂਨੀਵਰਸਿਟੀ ਦੇ ਵਿੱਚ ਡਿਪਲੋਮਾ ਡਿਗਰੀ ਤੇ ਸਰਟੀਫਿਕੇਟ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਉਹ ਕੋਰਸ ਚੱਲ ਰਹੇ ਆ ਅ ਡਿਗਰੀ ਪ੍ਰੋਗਰਾਮ ਦੇ ਵਿੱਚ ਸਾਡੇ ਕੋਲੇ ਐਮਏ ਪੰਜਾਬੀ ਐ ਐਮਏ ਇੰਗਲਿਸ਼ ਐ ਐਮ ਕਾਮ ਔਰ ਐਮ ਐਸਸੀ ਕੰਪਿਊਟਰ ਸਾਇੰਸ ਇਹ ਚਾਰ ਪੋਸਟ ਗ੍ਰੈਜੂਏਟ ਕੋਰਸ ਆ ਸਾਡੇ ਕੋਲੇ ਤਿੰਨ ਆ ਜਿਹੜੇ ਉਹ ਅੰਡਰ ਗ੍ਰੈਜੂਏਟ ਕੋਰਸ ਆ ਜਿਹਦੇ ਵਿੱਚ ਬੀਏ ਲਿਬਰਲ ਆਰਟਸ ਐ ਬੀ ਕਾਮ ਐ ਔਰ ਬੀਐਸਸੀ ਡਾਟਾ ਸਾਇੰਸ ਇਹ ਜਿਹੜੇ ਹੈਗੇ ਸਾਡੇ ਕੋਲੇ ਅੰਡਰ ਗ੍ਰੈਜੂਏਟ ਕੋਰਸ ਹੈਗੇ ਆ ਇਸ ਤੋਂ ਇਲਾਵਾ ਸਾਡੇ ਕੋਲ 36 ਦੇ ਕਰੀਬ ਹੈ ਜਿਹੜੇ ਉਹ ਡਿਪਲੋਮਾ ਤੇ ਸਰਟੀਫਿਕੇਟ ਕੋਰਸ ਹੈਗੇ ਜਿਹੜੇ ਇੱਕ ਤਰ੍ਹਾਂ ਨਾਲ ਅਸੀਂ ਕਹਿ ਲਈਏ ਕਿ ਥੰਮਕੀ ਕੋਰਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਸਾਈਬਰ ਸਿਕਿਉਰਿਟੀ ਆ ਜੀਐਸਟੀ ਫਿਲਿੰਗ ਹੈਗਾ ਧਰਮ ਨਾਲ ਰਿਲੇਟਡ ਸਿੱਖ ਤੈਕਨੋਲੋਜੀ ਹੈ ਇਸ ਤਰ੍ਹਾਂ ਦੇ ਜਿਹੜੇ ਕੋਰਸ ਹੈਗੇ ਆ ਉਹ ਸਾਡੇ ਕੋਲੇ ਸਰਟੀਫਿਕੇਟ ਕੋਰਸ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਨੇ ਜੇ ਕੋਈ ਬੱਚਾ ਸਾਡੇ ਕੋਲ 1 ਸਾਲ ਲਾਉਂਦਾ ਤਾਂ ਅਸੀਂ ਉਹਨੂੰ ਡਿਪਲੋਮਾ ਦਿੰਨੇ ਜੇ ਕੋਈ ਬੱਚਾ 6 ਮਹੀਨੇ ਲਾ ਕੇ ਛੱਡ ਜਾਂਦਾ ਤਾਂ ਉਹਨੂੰ ਅਸੀਂ ਸਰਟੀਫਿਕੇਟ ਕੋਰਸ ਦੇ ਦਿੰਨੇ ਜੀ ਸਰ ਸਰ ਉਮਰਵਰਗ ਦਾ ਕੋਈ ਸ਼ੋਰਟ ਹੈ ਆਪਣੀ ਯੂਨੀਵਰਸਿਟੀ ਵਿੱਚ ਹਾਂਜੀ ਉਮਰ ਦੇ ਵਿੱਚ ਸਾਡੀ ਕਿਉਂਕਿ ਓਪਨ ਯੂਨੀਵਰਸਿਟੀ ਹੈ ਓਪਨ ਯੂਨੀਵਰਸਿਟੀ ਦੇ ਵਿੱਚ ਤਕਰੀਬਨ ਉਹ ਬੱਚੇ ਆਉਂਦੇ ਆ ਜਿਹੜੇ ਪੜ੍ਹਾਈ ਛੱਡ ਚੁੱਕੇ ਹੁੰਦੇ ਆ ਜਾਂ ਉਹ ਬੱਚੇ ਆਉਂਦੇ ਆ ਜਿਨ੍ਹਾਂ ਜਿਹੜੇ ਨੌਕਰੀ ਪੇਸ਼ਾ ਹੈਗੇ ਆ ਜਾਂ ਕੰਮ ਧੰਦੇ ਵਾਲੇ ਇਸ ਕਰਕੇ ਸਾਡੀ ਯੂਨੀਵਰਸਿਟੀ ਵੱਲੋਂ ਉਮਰ ਦੀ ਕੋਈ ਹੱਦ ਨਹੀਂ ਹੈਗੀ ਕਿਸੇ ਵੀ ਉਮਰ ਦਾ ਬੱਚਾ ਇਥੋਂ ਤੱਕ ਕਿ ਰਿਟਾਇਰਡ ਪਰਸਨ ਹੈ ਜਿਹੜੇ ਉਹ ਵੀ ਸਾਡੇ ਵਿਦਿਆਰਥੀ ਹੈਗੇ ਆ ਇਸ ਵਾਰੀ ਸਾਡੇ ਕੋਲ ਸਕੂਲ ਆਫ ਲੈਂਗੁਏਜ ਦੇ ਵਿੱਚ ਇੱਕ ਵਿਦਿਆਰਥੀ ਹੈ ਜਿਹੜਾ ਉਹ ਤਕਰੀਬਨ 70 ਸਾਲ ਦਾ ਵਿਦਿਆਰਥੀ ਸਾਡੇ ਕੋਲ ਹੈਗਾ ਤਾਂ ਸਾਡੇ ਕੋਲ ਉਮਰ ਦਾ ਕੋਈ ਹੱਦ ਨਹੀਂ ਹੈ ਕਿਸੇ ਵੀ ਉਮਰ ਦਾ ਜਿਹੜਾ ਬੱਚਾ ਉਹ ਸਾਡੇ ਕੋਲੇ ਪੜ ਸਕਦਾ। ਸ਼ੁਕਰੀਆ ਸਰ ਬਹੁਤ-ਬਹੁਜੀ ਬਹੁਤ ਅੱਛੀ ਜਾਣਕਾਰੀ ਤੁਸੀਂ ਦਿੱਤੀ ਤਾਂ ਹੁਣ ਅਸੀਂ ਗੱਲਬਾਤ ਕਰਾਂਗੇ ਡਾਕਟਰ ਵਿਨੋਦ ਕੁਮਾਰ ਜੀ ਨਾਲ ਜੋ ਕਿ ਇਸੇ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ ਤਾਂ ਇਹ ਸਾਨੂੰ ਦੱਸਣਗੇ ਯੂਨੀਵਰਸਿਟੀ ਦੇ ਕੁਝ ਖਾਸ ਪ੍ਰੋਗਰਾਮਾਂ ਬਾਰੇ ਕੁਝ ਖਾਸ ਡਿਗਰੀ ਕੋਰਸਸ ਬਾਰੇ। ਸੱਚਗਾ ਸਰ। ਅਸ਼ੀਕਾਲ ਜੀ। ਸਰ ਯੂਨੀਵਰਸਿਟੀ ਦੇ ਕੁਝ ਮੇਜਰ ਡਿਗਰੀ ਪ੍ਰੋਗਰਾਮਸ ਬਾਰੇ ਸਾਨੂੰ ਜਾਣਕਾਰੀ ਦਿਓ ਜੀ। ਸਾਡੀ ਯੂਨੀਵਰਸਿਟੀ ਜੀ 6 ਮੇਜਰ ਡਿਗਰੀ ਪ੍ਰੋਗਰਾਮ ਚਲਾ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਮਾਸਟਰ ਪ੍ਰੋਗਰਾਮਸ ਦੀ ਅਸੀਂ ਗੱਲ ਕਰੀਏ ਜਿਹੜਾ ਕਿ ਸਾਡੇ ਸਟੂਡੈਂਟਸ ਦੇ ਵਿੱਚ ਬੜਾ ਲੋਕਪ੍ਰੀਆ ਹੈ ਉਹ ਹੈ ਐਮਕਾਮ ਜੀ ਫਿਰ ਸਾਡੇ ਸਕੂਲ ਆਫ ਲੈਂਗੁਏਜ ਦੇ ਵਿੱਚ ਐਮਏ ਇੰਗਲਿਸ਼ ਤੇ ਐਮਏ ਪੰਜਾਬੀ ਦੇ ਦੋ ਡਿਗਰੀ ਪ੍ਰੋਗਰਾਮ ਚੱਲਦੇ ਨੇ ਜੀ ਉਸ ਤੋਂ ਬਾਅਦ ਕੰਪਿਊਟਰ ਐਪਲੀਕੇਸ਼ਨਸ ਦਾ ਯੋਗ ਹੈ ਤੇ ਅਸੀਂ ਐਮ ਐਸ ਸੀ ਇਨ ਕੰਪਿਊਟਰ ਸਾਇੰਸ ਸ਼ੁਰੂ ਕੀਤੀ ਹੈ ਇਹ ਤਾਂ ਸਾਡੇ ਮਾਸਟਰ ਪ੍ਰੋਗਰਾਮ ਨੇ ਜੀ ਇਸ ਤੋਂ ਇਲਾਵਾ ਅਸੀਂ ਅੰਡਰ ਗ੍ਰੈਜੂਏਟ ਲੈਵਲ ਤੇ ਤਿੰਨ ਮੇਜਰ ਡਿਗਰੀ ਪ੍ਰੋਗਰਾਮ ਚਲਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਬੈਚਲਰ ਆਫ ਲਿਬਰਲ ਆਰਟਸ ਹੈ ਦੂਸਰਾ ਬੀ ਐਸ ਸੀ ਡਾਟਾ ਸਾਇੰਸ ਹੈ ਤੀਸਰਾ ਬੀ ਕਾਮ ਡਿਜੀਟਲ ਹੈ ਇਹ ਤਿੰਨੋਂ ਕੋਰਸੇ ਤੁਸੀਂ ਜਿਵੇਂ ਨਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਸਾਡੇ ਯੂਨੀਵਰਸਿਟੀ ਦੀ ਕੋਸ਼ਿਸ਼ ਹੈ ਸਾਡੇ ਵਾਈਸ ਚਾਂਸਲਰ ਸਾਹਿਬ ਦਾ ਵਿਜ਼ਨ ਹੈ ਕਿ ਅਸੀਂ ਇਦਾਂ ਦੇ ਕੋਰਸੇ ਚਲਾਈਏ ਜਿਹੜੇ ਕਿ ਸਮੇ ਦੇ ਹਾਂਦੇ ਹੋਣ ਤੇ ਸਾਡੇ ਵਿਦਿਆਰਥੀ ਨੇ ਜਿਹੜੇ ਉਹ ਸਮੇਂ ਦੇ ਅੱਖ ਦੇ ਵਿੱਚ ਅੱਖ ਪਾ ਕੇ ਦੇਖ ਸਕਣ ਬਿਲਕੁਲ ਜੀ ਸਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸਕੂਲ ਆਫ ਲੈਂਗੁਏਜ ਦੇ ਅੰਡਰ ਦੋ ਅਸਿਸਟੈਂਟ ਪ੍ਰੋਫੈਸਰ ਹੋ ਜੀ ਇੰਗਲਿਸ਼ ਦੇ ਤਾਂ ਸਰ ਆਪਣੇ ਉਹਦੇ ਬਾਰੇ ਦੱਸੋ ਥੋੜਾ ਜਿਹਾ ਉਹਦੇ ਅੰਡਰ ਕਿਹੜੇ ਕਿਹੜੇ ਕੋਰਸ ਜ ਆ ਜਾਂਦੇ ਨੇ ਜਿਵੇਂ ਮੈਂ ਸਕੂਲ ਆਫ ਲੈਂਗੁਏਜਸ ਦੀ ਗੱਲ ਕਰ ਰਿਹਾ ਸੀਗਾ ਜੀ ਮੇਰੇ ਸਾਥੀ ਡਾਕਟਰ ਧਰਮਿੰਦਰ ਸਿੰਘ ਜੀ ਨੇ ਸਕੂਲ ਬਾਰੇ ਦੱਸਿਆ ਇਹਦੇ ਵਿੱਚ ਅਸੀਂ ਦੋ ਮੇਜਰ ਡਿਗਰੀ ਪ੍ਰੋਗਰਾਮ ਹੈ ਜਿਹੜੇ ਵਿਦਿਆਰਥੀਆਂ ਨੂੰ ਆਫਰ ਕਰਦੇ ਆ एमए पंजाबी ਤੇ एमए इंग्लिश ਜੀ ਇਸ ਦੇ ਵਿੱਚ ਵਿਦਿਆਰਥੀਆਂ ਨੂੰ ਅਸੀਂ ਸਾਹਿਤ ਤੇ ਭਾਸ਼ਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਸਕੂਲ ਦੇ ਵਿੱਚ ਅਸੀਂ ਸਿਲੇਬਸ ਇਸ ਤਰ੍ਹਾਂ ਡਿਜ਼ਾਈਨ ਕੀਤਾ ਕਿ ਵਿਦਿਆਰਥੀਆਂ ਦੀ ਜਿਹੜੀ ਭਾਸ਼ਾ ਦੀਆਂ ਕਮੀਆਂ ਨੇ ਉਹ ਦੂਰ ਕੀਤੀਆਂ ਜਾ ਸਕਣ ਵਿਦਿਆਰਥੀਆਂ ਦੀ ਭਾਸ਼ਾ ਤੇ ਪਕੜ ਬਣੇ ਦੂਸਰਾ ਸਾਹਿਤ ਦੀ ਹਿਸਟਰੀ ਇਤਿਹਾਸ ਹੈ ਜਿਹੜਾ ਉਹਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਮਿਲੇ ਤੇ ਨਾਲੋਂ ਨਾਲ ਸਾਹਿਤ ਲਿਖਣ ਦੀਆਂ ਜਿਹੜੀਆਂ ਰੁਚੀਆਂ ਨੇ ਜਾਂ ਪ੍ਰਵਿਰਤੀਆਂ ਨੇ ਜਾਂ ਕ੍ਰੀਏਟੀਵਿਟੀ ਹੈ ਜਿਹੜੀ ਵਿਦਿਆਰਥੀਆਂ ਦੇ ਵਿੱਚ ਅਸੀਂ ਉਹਨੂੰ ਉਜਾਗਰ ਕਰ ਸਕੀਏ ਉਸ ਤਰੀਕੇ ਨਾਲ ਅਸੀਂ ਕਰਿਕਲਮ ਆਪਣਾ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਬਿਹਤਰ ਕਿਸਮ ਦਾ ਇੱਕ ਗਰੁੱਪ ਮਿਲੂਗਾ ਜਿਹੜਾ ਕਿ ਸਾਡੀ ਯੂਨੀਵਰਸਿਟੀ ਤੋਂ ਪੜਿਆ ਹੋਊਗਾ ਤੇ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਵਾਲਾ ਗਰੁੱਪ ਹੈ ਜਿਹੜਾ ਸਾਡੇ ਸਕੂਲ ਵੱਲੋਂ ਸਮਾਜ ਨੂੰ ਸਮਰਪਿਤ ਕੀਤਾ ਜਾਊਗਾ ਜੀ ਸਰ ਸਕੂਲ ਆਫ ਲੈਂਗੁਏਜ ਦੇ ਅੰਦਰ ਸਰ ਤੁਸੀਂ ਦੱਸਿਆ ਕਿ ਇਸ ਤਰ੍ਹਾਂ ਵਿਦਿਆਰਥੀ ਅਕੈਡਮਿਕ ਲਾਬ ਲੈ ਸਕਦੇ ਨੇ ਸਰ ਕੁਝ ਹੋਰ ਸਕੀਮਾਂ ਵੀ ਨੇ ਇਹਦੇ ਅੰਦਰ ਜਿਨ੍ਹਾਂ ਦਾ ਵਿਦਿਆਰਥੀ ਅਲੱਗ ਤੋਂ ਕੋਈ ਲਾਭ ਲੈ ਸਕਦੇ ਨੇ ਜੀ ਤੁਹਾਡੇ ਸਕੂਲ ਆਫ ਜੀ ਅਸੀਂ ਸਾਡੇ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਕਰਮਜੀਤ ਸਿੰਘ ਜੀ ਦੀ ਰਹਿਨਮਾਈ ਹੇਠ ਕਈ ਤਰ੍ਹਾਂ ਦੀਆਂ ਸਕੀਮਾਂ ਵਿਦਿਆਰਥੀਆਂ ਨੂੰ ਆਫਰ ਕਰ ਰਹੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਡਾਕਟਰ ਧਰਮਿੰਦਰ ਜੀ ਦੱਸ ਕੇ ਗਏ ਨੇਗੇ ਕਿ ਸਾਡਾ ਜਿਹੜਾ ਫੀਸ ਸਟ੍ਰਕਚਰ ਹੈ ਉਹ ਸਧਾਰਨ ਵਿਦਿਆਰਥੀ ਦੀ ਪਹੁੰਚ ਦੇ ਵਿੱਚ ਹੈ ਬਿਲਕੁਲ ਹੀ ਪਹੁੰਚ ਦੇ ਵਿੱਚ ਹੈ ਬੜੀ ਨੋਮੀਨਲ ਫੀਸ ਤੇ ਅਸੀਂ ਉਹਨਾਂ ਨੂੰ ਡਿਗਰੀ ਡਿਪਲੋਮਾ ਤੇ ਸਰਟੀਫਿਕੇਟ ਕੋਰਸੇ ਨੇ ਜਿਹੜੇ ਉਹ ਉਪਲਬਧ ਕਰਾਉਂਦੇ ਆ ਫਿਰ ਸਾਡੇ ਕੋਲੇ ਵੈਰਾਈਟੀ ਆਫ ਕੋਰਸੇ ਆ ਕਿ ਜਿਹੜੇ ਕੋਰਸ ਨੇ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਉਹਨਾਂ ਨੂੰ ਚੂਜ਼ ਕਰ ਸਕਦਾ ਸਾਡੇ ਕੋਲੇ ਮਲਟੀ ਟੈਲੈਂਟਡ ਵਿਦਿਆਰਥੀ ਪੈਦਾ ਕਰਨ ਦੀ ਜਿਹੜੀ ਸੋਚ ਹੈ ਵੀ ਸੀ ਸਾਹਿਬ ਦੀ ਉਹਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਖੋ ਵੱਖਰੇ ਕੋਰਸਾਂ ਰਾਹੀਂ ਤੇ ਜਦੋਂ ਅਸੀਂ ਇੱਕ ਸਕੀਮਾ ਦੀ ਗੱਲ ਕਰਦੇ ਆਂ ਪਹਿਲੀ ਗੱਲ ਹੈ ਕਿ ਸਾਡੀਆਂ ਫੀਸਾਂ ਬਹੁਤ ਹੀ ਨੋਮੀਨਲ ਨੇ ਬਹੁਤ ਹੀ ਘੱਟ ਰੇਟਾਂ ਦੇ ਵਿਦਿਆਰਥੀਆਂ ਨੂੰ ਜਿਹੜੀ ਉੱਚ ਸਿੱਖਿਆ ਜਿਹੜੀ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਜੀ ਦੂਸਰਾ ਵੀਸੀ ਸਾਹਿਬ ਦਾ ਸਾਡੇ ਦਾ ਵਿਜ਼ਨ ਸੀਗਾ ਕਿ ਜਿਹੜੇ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਲੋਕੀ ਨੇਗੇ ਜਿਵੇਂ ਨੌਕਰੀ ਪੇਸ਼ਾ ਟੀਚਿੰਗ ਕਮਿਊਨਿਟੀ ਹੋਗੀ ਜਾਂ ਸਿੱਖਿਆ ਦੇ ਅਦਾਰੇ ਵਿੱਚ ਕੰਮ ਕਰ ਰਹੇ ਲੋਕੀ ਹੋਗੇ ਜਿਨ੍ਹਾਂ ਨੂੰ ਰੈਗੂਲਰ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਉਹ ਆਪਣੀ ਸਿੱਖਿਆ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ ਹਰ ਉਹ ਉੱਚੀ ਰੀ ਸਿੱਖਿਆ ਨੂੰ ਹੋ ਲੈਣਾ ਚਾਹੁੰਦੇ ਨੇਗੇ ਉਹਨਾਂ ਲਈ ਯੂਨੀਵਰਸਿਟੀ ਵੱਲੋਂ ਟਿਊਸ਼ਨ ਫੀਸ ਦੇ ਵਿੱਚ 50% ਰਾਹਤ ਕੀਤੀ ਗਈ ਹੈ ਮਤਲਬ ਲਗਭਗ ਫ੍ਰੀ ਆਫ ਕਾਸਟ ਵਾਲੀ ਗੱਲ ਕਹਿ ਸਕਦੇ ਹਾਂ ਕਿ ਇੱਕ ਬੰਦਾ ਪਹਿਲਾਂ ਹੀ ਨੌਕਰੀ ਤੇ ਲੱਗਿਆ ਹੋਇਆ ਅਰਨਿੰਗ ਹੈਂਡ ਹੈ ਤੇ ਨਾਲੋਂ ਨਾਲ ਉਹਨੂੰ ਸਿੱਖਿਆ ਜਿਹੜੀ ਹੈ ਹੋਰ ਸਸਤੀ ਉਪਲਬਧ ਕਰਾਈ ਜਾ ਰਹੀ ਹੈ ਇਹ ਵੀ ਸੀ ਸਾਹਿਬ ਦਾ ਵਿਜ਼ਨ ਸੀਗਾ ਕਿ ਜਦੋਂ ਇੱਕ ਸਕੂਲ ਦਾ ਟੀਚਰ ਹੋਰ ਉਚੇਰੀ ਵਿੱਦਿਆ ਹਾਸਲ ਕਰੂਗਾ ਤਾਂ ਉਹ ਸਾਡੇ ਸਮਾਜ ਨੂੰ ਹੋਰ ਬਿਹਤਰ ਬਣਾ ਸਕੂਗਾ ਇਸ ਨਜ਼ਰੀਏ ਨਾਲ ਅਸੀਂ ਉਹ ਉਹ ਸਕੀਮ ਲਾਂਚ ਕੀਤੀ ਹੋਈ ਹੈ ਕਿ 50% ਉਹਨਾਂ ਨੂੰ ਟਿਊਸ਼ਨ ਫੀਸ ਦੇ ਵਿੱਚ ਰਾਹਤ ਹੈ ਇਸ ਤੋਂ ਇਲਾਵਾ ਜਿਹੜੇ ਲੋੜਵੰਦ ਨੀਡੀ ਵਿਦਿਆਰਥੀ ਨੇ ਉਹਨਾਂ ਲਈ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਜਿਹੜੀਆਂ ਯੂਨੀਵਰਸਿਟੀ ਸਮੇਂ-ਸਮੇਂ ਤੇ ਚਲਾਉਂਦੀ ਰਹਿੰਦੀ ਹੈ ਤੇ ਵਿਦਿਆਰਥੀ ਜਿਹੜੇ ਨੀਡੀ ਨੇਗੇ ਉਹ ਜਦੋਂ ਸਾਨੂੰ ਸੰਪਰਕ ਕਰਦੇ ਨੇ ਅਸੀਂ ਉਹਨੂੰ ਵੱਖ-ਵੱਖ ਸਕਾਲਰਸ਼ਿਪਾਂ ਜਿਹੜੀਆਂ ਜੋ ਵੱਖ-ਵੱਖ ਐਨਜੀਓਜ਼ ਦੁਆਰਾ ਸਾਡੀ ਯੂਨੀਵਰਸਿਟੀ ਨਾਲ ਟਾਈ-ਅੱਪ ਕਰਕੇ ਦਿੱਤੀਆਂ ਜਾਂਦੀਆਂ ਨੇ ਉਹ ਉਪਲਬਧ ਕਰਵਾਨੇ ਆ ਇਸ ਤੋਂ ਇਲਾਵਾ ਅਸੀਂ ਨੀਡੀ ਵਿਦਿਆਰਥੀ ਨੇ ਜਿਹੜੇ ਜਿਹੜੇ ਕਿ ਖਾਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਅਸੀਂ 50% ਟਿਊਸ਼ਨ ਫੀਸ ਦੇ ਵਿੱਚ ਰੈਤ ਦੇਣ ਦੀ ਪ੍ਰੋਵੀਜ਼ਨ ਰੱਖੀ ਹੋਈ ਹੈ ਉਹ ਵੀ ਦਿੰਨੇ ਆਗੇ ਤੇ ਇਸ ਤੋਂ ਇਲਾਵਾ ਸਾਡੇ ਫੈਕਲਟੀ ਮੈਂਬਰ ਨੇ ਜਿਹੜੇ ਕਿ ਮੈਰਿਟੋਰੀਅਸ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਸਕਾਲਰਸ਼ਿਪਸ ਨੇ ਜਿਹੜੀਆਂ ਉਹ ਆਫਰ ਕਰ ਰਹੇ ਨੇਗੇ ਇਸ ਤਰ੍ਹਾਂ ਸਾਡੇ ਕੋਲੇ ਵਿਦਿਆਰਥੀ ਪੜਨ ਲਿਖਣ ਵਾਲਾ ਹੋਣਾ ਚਾਹੀਦਾ ਹੈਗਾ ਪੈਸੇ ਵਾਲਾ ਮੇਰੇ ਖਿਆਲ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਵਿਦਿਆਰਥੀ ਨੇ ਦਾਖਲਾ ਲੈਣਾ ਹੈ ਇਹ ਉਹਨੂੰ ਫੀਸ ਦੇ ਵਿੱਚ ਕੋਈ ਰਾਹਤ ਚਾਹੀਦੀ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਕੀਮ ਹੈ ਸਾਡੀ ਦਾ ਲਾਭ ਲੈ ਸਕਦਾ ਹੈ ਜੀ ਸਰ ਸ਼ੁਕਰੀਆ ਸਰ ਬਹੁਤ-ਬਹੁਤ ਜੀ ਹੋਰ ਕੁਝ ਦੱਸਣਾ ਚਾਹੋਗੇ ਸਰ ਸਕੂਲ ਆਫ ਲੈਂਗੁਏਜ ਜੀ ਇੱਕ ਉਹ ਸਾਡੇ ਹੋਰ ਬੜੀ ਇੰਪੋਰਟੈਂਟ ਸਕੀਮ ਹੈ ਜਿਹੜੀ ਉਹ ਚੱਲ ਰਹੀ ਹੈਗੀ ਦਿਵਿਆਂਗ ਵਿਦਿਆਰਥੀਆਂ ਲਈ ਤੇ ਜੇਲ ਇਨਮੈਂਟਸ ਲਈ ਉਹਨਾਂ ਬਾਰੇ ਸਾਡੇ ਇੰਚਾਰਜ ਪ੍ਰੋਫੈਸਰ ਸਰਵਿੰਦਰ ਸਿੰਘ ਜੀ ਤੁਹਾਨੂੰ ਮੇਰੇ ਖਿਆਲ ਜਿਆਦਾ ਮੇਰੇ ਨਾਲ ਵੇਤਰ ਦੱਸਣਗੇ ਜੀ ਸਰ ਸ਼ੁਕਰੀਆ ਜੀ ਸ਼ੁਕਰੀਆ ਸਰ ਬਹੁਤ ਬਹੁਤ ਜੀ ਹੁਣ ਸਰ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਸਰ ਵਿਰਿੰਦਰ ਸਿੰਘ ਜੀ ਸਰ ਸਸ਼ੀ ਕਾ ਜੀ ਜਿਵੇਂ ਕਿ ਸਾਨੂੰ ਵਿਨੋਦ ਸਰ ਕਾਫੀ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਗਏ ਨੇ ਤਾਂ ਸਰ ਸਾਨੂੰ ਉਹਨਾਂ ਦੇ ਵਿੱਚੋਂ ਦੋ ਖਾਸ ਸਕੀਮਾਂ ਨੇ ਇਹਨਾਂ ਦੀ ਯੂਨੀਵਰਸਿਟੀ ਦੀਆਂ ਜੋ ਉਹਨਾਂ ਬਾਰੇ ਜਾਣਕਾਰੀ ਦੇਣਗੇ ਵਿਸ਼ੇਸ਼ ਤੌਰ ਤੇ ਜਿਹੜਾ ਸਾਡੀ ਜਿਹੜੀ ਯੂਨੀਵਰਸਿਟੀ ਓਪਨ ਯੂਨੀਵਰਸਿਟੀ ਬਹੁਤ ਵੱਡਾ ਉਪਰਾਲਾ ਹੈ ਯੂਨੀਵਰਸਿਟੀ ਵਿੱਚ ਜਿਹੜੇ ਮਤਲਬ ਕੋਰਸ ਚੱਲ ਰਹੇ ਨੇ ਖਾਸ ਕਰਕੇ ਸਾਰੇ ਕੋਰਸ ਅੰਗਹੀਨਾਂ ਲਈ ਬਿਲਕੁਲ ਪੜ੍ਹਾਈ ਫਰੀ ਹੈ ਵੀ ਸੀ ਸਾਹਿਬ ਹੈ ਜਿਹੜੇ ਸਾਡੇ ਡਾਕਟਰ ਕਰਮਜੀਤ ਸਿੰਘ ਉਹਨਾਂ ਦਾ ਜ ਵਿਚਾਰ ਆ ਜਾਂ ਉਹਨਾਂ ਦੀ ਸੋਚ ਆ ਜਿਹੜੀ ਬਹੁਤ ਵਧੀਆ ਸੋਚ ਆ ਕਿ ਜਿਹੜੇ ਅੰਗਹੀਨ ਬੱਚੇ ਨੇ ਉਹਨਾਂ ਲਈ ਪੜ੍ਹਾਈ ਆ ਜਿਹੜੀ ਬਿਲਕੁਲ ਫਰੀ ਆ ਕਿਉਂਕਿ ਅੰਗਹੀਨ ਬੱਚੇ ਜਿਹੜੇ ਉਹਨਾਂ ਨੂੰ ਕਰਤ ਤੋਂ ਜਿਹੜਾ ਯੂਨੀਵਰਸਿਟੀਆਂ ਚ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਉਹਨਾਂ ਨੂੰ ਯੂਨੀਵਰਸਿਟੀ ਹੋਸਟਲਾਂ ਚ ਰਹਿਣਾ ਬਹੁਤ ਔਖਾ ਹੈ ਤਾਂ ਕਰਕੇ ਉਹ ਘਰੇ ਰਹਿ ਕੇ ਜਿਹੜੀ ਆਪਦੀ ਪੜ੍ਹਾਈ ਆ ਉਹ ਕੰਪਲੀਟ ਜਿਹੜੀ ਕਰ ਸਕਣਾ ਜੀ ਸਰ ਤਾਂ ਉਹਨਾਂ ਦੇ ਪੇਪਰਾਂ ਦਾ ਸਿਰ ਕਿਵੇਂ ਰਹਿੰਦਾ ਹੈ ਫਿਰ ਵੀ ਉਹਨਾਂ ਨੂੰ ਤਾਂ ਬਹੁਤ ਲਾਗੇ ਮਿਲ ਜਾਂਦਾ ਹੋਊਗਾ ਹਾਂਜੀ ਜਿਹੜੇ ਮਤਲਬ ਸਾਡੇ ਸੈਂਟਰ ਆ ਆਮ ਕਰਕੇ ਜਿਹੜੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਕਾਲਜ ਆ ਉਹਨਾਂ ਦੀ ਸਾਡੇ ਸੈਂਟਰ ਬਣੇ ਹੋਏ ਆ ਉੱਥੇ ਜਿਹੜੇ ਵਿਦਿਆਰਥੀ ਉੱਥੇ ਜਿਹੜੇ ਅੰਗ ਹੀ ਨਾ ਆਪਦੇ ਘਰ ਦੇ ਨਾਲ ਜਾ ਕੇ ਮਤਲਬ ਉੱਥੇ ਪੇਪਰ ਦੇ ਸਕਦੇ ਆ ਕਿਉਂਕਿ ਜਿਹੜੇ ਵਿਦਿਆਰਥੀ ਐ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਐ ਖਾਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਪੜਨਾ ਮਤਲਬ ਹਨਾ ਉਹਨਾਂ ਨੂੰ ਕੋਈ ਸੁਝਾਅ ਨਹੀਂ ਮਿਲਦਾ ਕਿ ਕੋਈ ਹੈਂਡੀਕੈਪਡਾ ਮਤਲਬ ਉਹਨਾਂ ਨੂੰ ਬਾਹਰ ਨਿਕਲਣਾ ਜਿਹੜਾ ਬਹੁਤ ਸਾਰਾ ਮੁਸ਼ਕਲਾਣੀ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਸਾਡੀ ਮਤਲਬ ਜਿਹੜੀ ਯੂਨੀਵਰਸਿਟੀ ਆ ਉਹ ਤੋਂ ਵੱਡਾ ਜਿਹੜਾ ਫਾਇਦਾ ਲੈ ਸਕਦੇ ਐ ਉਹਦੇ ਚਮ ਜਿਹੜੀ ਫੀਸ ਐ ਖਾਸ ਕਰਕੇ ਅੰਗਰੇਜ਼ੀ ਵਿਦਿਆਰਥੀ ਖਾਸ ਕਰਕੇ ਆਰਥਿਕ ਬਹੁਤ ਮਤਲਬ ਜਿਹੜੀ ਤੰਗੀ ਚ ਹੁੰਦੇ ਐ ਆਰਥਿਕ ਜਿਹੜੀ ਹਾਲਤ ਉਹਨਾਂ ਦੀ ਬਹੁਤ ਹੀ ਤਰਸਯੋਗ ਹੁੰਦੀ ਐ ਉਹਦੇ ਕਰਕੇ ਉਹਨਾਂ ਨੂੰ ਜ ਕਰਕੇ ਵੀ ਉਹਨਾਂ ਦਾ ਇੱਕ ਵੱਡਾ ਇਹਦੇ 'ਚ ਫਾਇਦਾ ਹੈ ਤੇ ਅੰਘੀਨਾ ਲਈ ਖਾਸ ਕਰਕੇ ਜਿਹੜੀ ਯੂਨੀਵਰਸਿਟੀ ਆ ਬਹੁਤ ਹੀ ਫਾਇਦੇਮੰਦ ਆ ਕਿਉਂਕਿ ਇਥੋਂ ਸਾਰੀ ਪੜ੍ਹਾਈ ਜਿਹੜੀ ਬਿਲਕੁਲ ਹੀ ਫ੍ਰੀ ਕਰ ਸਕਦੇ ਆ ਇੱਕ ਦੂਸਰੀ ਸਕੀਮ ਬਾਰੇ ਸਰ ਤੁਸੀਂ ਦੱਸਣਾ ਸੀ ਜੀ ਦੂਜੀ ਹੈਗੀ ਜੇਲ੍ਹ ਜੇਲ੍ਹ ਚ ਜਿਹੜੇ ਕੈਦੀ ਨੇ ਸਾਡੇ ਜੀ ਸਰ ਉਹਨਾਂ ਲਈ ਇਹ ਮਤਲਬ ਜਿਹੜੀ ਮਤਲਬ ਬਹੁਤ ਹੀ ਘੱਟ ਫੀਸ ਹੈ ਇੱਕ ਸਟੂਡੈਂਟ ਦੀ 500 ਰੁਪਿਆ ਫੀਸ ਹੈ ਜਿਹੜੇ ਹੈਗੇ ਆ ਕੈਦੀ ਆ ਮਤਲਬ ਆਪਾਂ ਉਹ ਜੇਲ੍ਹ ਚ ਇੱਕ ਪ੍ਰਾਤ ਕਰਕੇ ਜਾਂਦੇ ਆ ਪਰ ਉੱਥੋਂ ਫਿਰ ਵੀ ਉਹਨਾਂ ਨੂੰ ਪੜ੍ਹਾਈ ਮਤਲਬ ਕਰਨ ਦਾ ਜਿਹੜਾ ਮੌਕਾ ਮਿਲਦਾ ਹਨਾ ਏਡਾ ਵਧੀਆ ਉਪਰਾਲਾ ਜਿਹੜਾ ਯੂਨੀਵਰਸਿਟੀ ਕਰ ਰਹੀ ਹੈ ਪਿਆਰ ਸਰਕਾਰ ਦਾ ਇਹ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਹੈ ਸ਼ੁਕਰੀਆ ਸਰ ਬਹੁਤ-ਬਹੁਤ ਜੀ ਸ਼ੁਕਰੀਆ ਜੀ ਥੈਂਕ ਯੂ ਤਾਂ ਇਹਨਾਂ ਨੇ ਸਾਨੂੰ ਬਹੁਤ ਵਧੀਆ ਸਕੀਮਾਂ ਬਾਰੇ ਦੱਸਿਆ ਜਿਵੇਂ ਕਿ ਅੰਗ ਹੀ ਇਹਨਾਂ ਦੇ ਸਕੀਮਾਂ ਬਾਰੇ ਦੱਸਿਆ ਤਾਂ ਅੰਗ ਹੀ ਨਾਲ ਬਾਰੇ ਆਪਾਂ ਆਮ ਹੀ ਦੇਖਦੇ ਹਾਂ ਕਿ ਇੱਕ ਤੇ ਘਰੋਂ ਨਿਕਲਣ ਦੀ ਬਹੁਤ ਮੁਸ਼ਕਲ ਹੁੰਦੀ ਹੈ ਤੇ ਇੱਕ ਉਹ ਕੋਈ ਕੰਮ ਵੀ ਨਹੀਂ ਕਰ ਸਕਦੇ ਜਿਵੇਂ ਇਹ ਬਹੁਤ ਵਧੀਆ ਮਤਲਬ ਕਿ ਗੱਲ ਹੈ ਕਿ ਕਹਿ ਰਹੇ ਨੇ ਬਿਲਕੁਲ ਫ੍ਰੀ ਹੈ ਪੜਾਈ ਮੁਫਤ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਜੇ ਹੋਰਾਂ ਲਈ ਮਤਲਬ ਕਿ ਜੋ ਸਟੂਡੈਂਟ ਸਾਡੇ ਇੱਥੇ ਆਉਂਦੇ ਨੇ ਨੌਜਵਾਨ ਹੁੰਦੇ ਨੇ ਤਾਂ ਉਹ ਇੱਥੇ ਆ ਕੇ ਕੋਈ ਨਾਲ-ਨਾਲ ਕੰਮ ਕਰਕੇ ਵੀ ਆਪਣਾ ਕੋਈ ਰੋਜ਼ਗਾਰ ਕਰਕੇ ਆਪਣੀ ਪੜ੍ਹਾਈ ਕਰ ਸਕਦੇ ਨੇ ਪਰ ਅੰਗਹੀਨਾਂ ਲਈ ਇਹ ਬਿਲਕੁਲ ਸਾਨੂੰ ਸੋਚਣ ਦੀ ਲੋੜ ਸੀ ਜੋ ਕਿ ਇਸ ਯੂਨੀਵਰਸਿਟੀ ਨੇ ਉਪਰਾਲਾ ਕੀਤਾ ਹੈ ਸੋਚਣ ਦਾ ਕਿ ਉਹ ਕੋਈ ਕੰਮ ਕਰ ਨਹੀਂ ਕਰ ਸਕਦੇ ਤਾਂ ਆਫਿਸਾਂ ਲਈ ਵੀ ਪੈਸੇ ਕਿੱਥੋਂ ਲਿਆਉਣਗੇ ਤਾਂ ਇਹ ਬਹੁਤ ਵਧੀਆ ਗੱਲ ਹੈ ਘਰ ਬੈਠੇ ਉਹ ਡਿਗਰੀਆਂ ਪ੍ਰਾਪਤ ਕਰ ਸਕਦੇ ਨੇ ਘਰ ਬੈਠ ਕੇ ਤਿਆਰੀਆਂ ਕਰਕੇ ਅੱਗੇ ਕੋਈ ਆਪਣੇ ਜੋ ਰੋਜ਼ਗਾਰ ਪ੍ਰਾਪਤ ਕਰ ਸਕਦੇ ਨੇ ਆ ਬਾਕੀ ਯੂਨੀਵਰਸਿਟੀ ਬਾਰੇ ਸਾਨੂੰ ਬਹੁਤ ਜਾਣਕਾਰੀ ਮਿਲੀ ਯੂਨੀਵਰਸਿਟੀ ਦੇ ਕੋਰਸਾਂ ਬਾਰੇ ਯੂਨੀਵਰਸਿਟੀ ਦੀ ਫੀਸ ਬਾਰੇ ਜੋ ਇਹਨਾਂ ਨੇ ਦੱਸਿਆ ਕਿ ਬਹੁਤ ਘੱਟ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਇਹਦੇ ਦੁਆਰਾ ਪ੍ਰਾਪਤ ਹੋਏਗੀ ਤੇ ਘਰ ਬੈਠੀ ਅਸੀਂ ਇਸ ਵੀਡੀਓ ਦੁਆਰਾ ਅਸੀਂ ਯੂਨੀਵਰਸਿਟੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਅੱਗੇ ਵੀ ਇਸ ਅਸੀਂ ਇਸ ਜਾਣਕਾਰੀ ਨੂੰ ਸਾਂਝੇ ਕਰਾਂਗੇ ਕਿਉਂਕਿ ਇਹ ਯੂਨੀਵਰਸਿਟੀ ਜਿਵੇਂ ਦੱਸਿਆ ਗਿਆ ਲਾਕਡਾਊਨ ਦੇ ਵਿੱਚ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਇੰਨਾ ਮਤਲਬ ਜਾਣਕਾਰੀ ਇਹ ਨਹੀਂ ਪਹੁੰਚੀ ਲੋਕਾਂ ਤੱਕ ਇਹ ਯੂਨੀਵਰਸਿਟੀ ਨੂੰ 3 ਸਾਲ ਹੋਏ ਨੇ ਹਜੇ ਲਗਭਗ ਬਣੀ ਨੂੰ ਤਾਂ ਸਾਡੀ ਕੋਸ਼ਿਸ਼ ਹੈ ਕਿ ਯੂਨੀਵਰਸਿਟੀ ਦੀਆਂ ਨਿੱਕੀਆਂ ਨਿੱਕੀਆਂ ਤੋਂ ਲੈ ਕੇ ਵੱਡੀਆਂ ਜੋ ਕੋਰਸ ਨੇ ਜੋ ਸਕੀਮਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਜੋ ਦੂਰ ਦੂਰ ਤੱਕ ਬੈਠੇ ਲੋਕ ਨੇ ਉਹ ਇਹਨਾਂ ਚੀਜ਼ਾਂ ਦਾ ਲਾਭ ਲੈ ਸਕਣ ਜੋ ਸ਼ੁਕਰੀਆ ਜੀ ਬਹੁਤ-ਬਹੁਤ ਅਗਲੀ ਵਾਰ ਫਿਰ ਮਿਲਾਂਗੇ ਅਜਿਹੀ ਕੁਝ ਵੜਮੁੱਲੀ ਜਾਣਕਾਰੀ ਲੈ ਕੇ ਉਦੋਂ ਤੱਕ ਦੇਖਦੇ ਰਹੋ ਦੀ ਪੰਜਾਬ ਟੀਵੀ